ਸਾਨਵੀਰੋ ਅੱਜ ਆਪਾਂ ਗੱਲ ਕਰਾਂਗੇ ਕਣਕ ਵਿੱਚ ਉੱਗਣ ਵਾਲੇ ਨਦੀਨ, ਗੁੱਲੀ ਡੰਡਾ, ਜੰਗਲੀ ਜਵੀ, ਜੌਂਦਰ ਆਦਿ ਦੀ ਰੋਕਥਾਮ ਬਾਰੇ। ਕਿਹੜੀਆਂ ਕਿਹੜੀਆਂ ਆਪਾਂ ਦਵਾਈਆਂ ਵਰਤਣੀਆਂ ਨੇ, ਕਿਹੜੀਆਂ ਦਵਾਈਆਂ ਪਾਣੀ ਲਾਉਣ ਤੋਂ ਪਹਿਲਾਂ ਵਰਤੋਂ ਕਰ ਸਕਦੇ ਹਾਂ, ਕਿਹੜੀਆਂ ਪਾਣੀ ਲਾਉਣ ਤੋਂ ਬਾਅਦ ਕਿੰਨੀ ਮਾਤਰਾ ਹੋਵੇਗੀ, ਕਿੰਨਾ ਆਪਾਂ ਪਾਣੀ ਵਰਤਣਾ ਇਹਨਾਂ ਦਵਾਈਆਂ ਨੂੰ ਪਾਉਂਦੇ ਸਮੇਂ, ਅਤੇ ਕਿਹੜੀਆਂ ਕਿਹੜੀਆਂ ਦਵਾਈਆਂ ਜਿਹੜੀਆਂ ਨੇ ਉਹਨਾਂ ਵਾਸਤੇ ਆਪਾਂ ਖਾਸ ਸਾਵਧਾਨੀਆਂ ਵਰਤਣੀਆਂ ਨੇ। ਅਤੇ ਹੁਣ ਜੇ ਆਪਾਂ ਗੱਲ ਕਰੀਏ ਬਿਜਾਈ ਦੇ ਸਮੇਂ, ਕਣਕ ਬੀਜਣ ਤੋਂ 48 ਘੰਟਿਆਂ ਦੇ ਅੰਦਰ ਅੰਦਰ ਜਿਹੜੀ ਆਪਾਂ ਦਵਾਈ ਵਰਤਣੀ ਹੈ ਉਹ ਹੈਗੀ ਹੈ ਸਟੋਂਪ, ਮਾਰਕ ਪੈਂਡੀ, ਬੰਕਰ 30 EC, ਅਤੇ ਇਹ 1.5 ਲੀਟਰ ਦਵਾਈ ਆਪਾਂ ਵਰਤ ਸਕਦੇ ਹਾਂ 200 ਲੀਟਰ ਪਾਣੀ 'ਚ। ਅਤੇ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਆਪਾਂ ਇਸਦੀ ਸਪਰੇਅ ਕਰੀਏ ਤਾਂ ਜਿਹੜਾ ਗੁੱਲੀ ਡੰਡਾ ਜਾਂ ਜੰਗਲੀ ਜਵੀ ਵਗੈਰਾ ਇਹ ਸਾਰੇ ਨਦੀਨ ਜਿਹੜੇ ਨੇ ਇਹਨਾਂ ਦੀ ਪੂਰੀ ਤਰ੍ਹਾਂ ਰੋਕਥਾਮ ਹੋ ਜਾਂਦੀ ਹੈ। ਅਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪਾਣੀ ਕਣਕ ਨੂੰ ਲਾਉਣ ਤੋਂ ਪਹਿਲਾਂ ਆਪਾਂ ਕਿਹੜੀਆਂ ਦਵਾਈਆਂ ਵਰਤ ਸਕਦੇ ਹਾਂ, ਉਹਨਾਂ ਦੇ ਵਿੱਚ ਐਰੀਲੋਨ, ਰਕਸ਼ਕ, ਆਈਸੋਪ੍ਰੋਟਾਨ 75WP, ਇਹ ਆਪਾਂ 300 ਗ੍ਰਾਮ ਜਿਹੜੀ ਇਹ ਦਵਾਈ ਰੇਤਲੀ ਜ਼ਮੀਨ ਵਾਸਤੇ ਵਰਤਣੀ ਹੈ। ਅਤੇ ਸਿੰਚਾਈ ਤੋਂ 2-3 ਦਿਨ ਪਹਿਲਾਂ ਜਿਹੜੀਆਂ ਨੇ ਇਹ ਆਪਾਂ ਦਵਾਈਆਂ ਵਰਤਣੀਆਂ ਨੇ, ਉਹਨਾਂ ਜਿਹੜੀ ਦਵਾਈ ਹੈ ਜਿਵੇਂ ਲੀਡਰ ਹੈ SF10, ਸਫਲ, ਮਾਰਕ ਸਲਫੋ 75WG, ਇਹਨਾਂ ਦੀ ਮਾਤਰਾ ਆਪਾਂ 13 ਗ੍ਰਾਮ ਪ੍ਰਤੀ ਏਕੜ ਵਰਤਣੀ ਹੈ ਅਤੇ ਪਾਣੀ 150 ਲੀਟਰ। ਅਤੇ ਕਿਸਾਨ ਵੀਰੋ ਖਾਸ ਧਿਆਨ ਦੇਣ ਵਾਲੀ ਜਿਹੜੀ ਗੱਲ ਹੈ ਉਹਦੇ ਵਿੱਚ ਐਰੀਲੂਨ, ਰਕਸ਼ਕ, ਆਈਸੋਪ੍ਰੋਟਾਨ 75WP ਜੇ ਆਪਾਂ ਇਹ ਵਰਤਣੀਆਂ ਨੇ ਤਾਂ 300 ਗ੍ਰਾਮ ਰੇਤਲੀਆਂ ਜ਼ਮੀਨਾਂ ਵਾਸਤੇ, ਦਰਮਿਆਨੀ ਜ਼ਮੀਨ ਵਾਸਤੇ 400 ਗ੍ਰਾਮ, ਅਤੇ ਭਾਰੀਆਂ ਜ਼ਮੀਨਾਂ ਦੇ ਵਿੱਚ ਹੀ ਆਪਾਂ ਇਹ ਦਵਾਈਆਂ ਜਿਹੜੀਆਂ ਨੇ 500 ਗ੍ਰਾਮ ਪਾਉਣੀਆਂ ਨੇ। ਰੇਤਲੀ ਜ਼ਮੀਨ ਦੇ ਵਿੱਚ ਆਈਸੋਪ੍ਰੋਟਾਨ 75WP ਜਿਹੜੀ ਹੈ ਉਹ 300 ਗ੍ਰਾਮ ਦੇ ਲਗਭਗ ਹੀ ਪਾਉਣੀ, ਇਸ ਤੋਂ ਜ਼ਿਆਦਾ ਮਾਤਰਾ 'ਚ ਪਾਉਣੀ ਇਹ ਠੀਕ ਨਹੀਂ। ਅਤੇ ਹੁਣ ਆਪਾਂ ਜੇ ਗੱਲ ਕਰੀਏ ਸਿੰਚਾਈ ਤੋਂ ਬਾਅਦ, ਉਸ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ ਟੌਪਿਕ, ਪੁਆਇੰਟ, ਮੌਲਾ, ਰਕਸ਼ਕ ਪਲੱਸ, ਅਤੇ ਟੋਪਲ, ਮਾਰਕ, ਕਲੋਡੀਨਾ, ਕੋਲੰਬਸ 15WP, ਇਹ ਦਵਾਈਆਂ ਆਪਾਂ 160 ਗ੍ਰਾਮ ਵਰਤਣੀਆਂ ਨੇ ਅਤੇ ਪਾਣੀ 150 ਲੀਟਰ ਲਾਉਣਾ। ਅਤੇ ਇਸ ਤੋਂ ਇਲਾਵਾ ਜਿਹੜੀ XL ਦਵਾਈ ਹੈ 5 EC, ਉਹ 400 ਮਿਲੀਲੀਟਰ ਵਰਤ ਸਕਦੇ ਹਾਂ। ਪਿਊਮਾ 10 EC, ਇਹ ਆਪਾਂ 400 ਮਿਲੀਲੀਟਰ ਵਰਤ ਸਕਦੇ ਹਾਂ। ਅਤੇ ਜਿਹੜੀ ਲੀਡਰ ਹੈ SF10, ਸਫਲ, ਅਤੇ ਜਾਂ ਹੋਰ ਜਿਹੜੀਆਂ ਦਵਾਈਆਂ ਇਸ ਸ਼੍ਰੇਣੀ ਦੀਆਂ ਨੇ ਉਹ ਆਪਾਂ 13 ਗ੍ਰਾਮ ਵਰਤ ਸਕਦੇ ਹਾਂ ਅਤੇ ਪਾਣੀ 150 ਲੀਟਰ ਲਾਉਣਾ। ਅਤੇ ਕਿਸਾਨ ਵੀਰੋ ਇੱਕ ਖਾਸ ਧਿਆਨ ਰੱਖਣਾ, ਜਿੱਥੇ ਆਪਾਂ ਲੀਡਰ, SF10, ਸਫਲ ਇਹ ਦਵਾਈਆਂ ਜਿੱਥੇ ਆਪਾਂ ਵਰਤਣੀਆਂ ਨੇ ਉੱਥੇ ਸਰੋਂ, ਰਾਇਆ, ਛੋਲੇ, ਜਵਾਰ, ਬਾਜਰਾ ਜਿਹੜਾ ਚੌੜੀ ਪੱਤੀ ਵਾਲੀ ਫਸਲ ਜਿਹੜੀ ਹੈ ਇਹ ਨੇਗੀਆਂ, ਅਤੇ ਉੱਥੇ ਇਹ ਰਸਾਇਣਾਂ ਦੀ ਆਪਾਂ ਵਰਤੋਂ ਨਹੀਂ ਕਰਨੀ, ਅਤੇ ਜਿਹੜੀ ਲੀਡਰ ਹੈ ਜਾਂ ਸਫਲ ਹੈ। ਅਤੇ ਬਾਕੀ ਕਿਸਾਨ ਵੀਰੋ ਜਿਹੜੀਆਂ ਇਹ ਸਾਰੀਆਂ ਦਵਾਈਆਂ ਆਪਾਂ ਦੱਸੀਆਂ ਨੇਗੀਆਂ ਇਹ ਸਾਰੀਆਂ ਜੌਂਦਰ, ਜੰਗਲੀ ਜਵੀ ਅਤੇ ਗੁੱਲੀ ਡੰਡੇ ਦੀ ਪੂਰੀ ਤਰ੍ਹਾਂ ਜਿਹੜੀ ਰੋਕਥਾਮ ਕਰਦੀਆਂ ਨੇ। ਅਤੇ ਜਿੱਥੇ ਕਿਸਾਨ ਵੀਰੋ ਆਈਸੋਪ੍ਰੋਟਾਨ 75WP ਅਤੇ ਜਾਂ ਹੋਰ ਇਸ ਸ਼੍ਰੇਣੀ ਦੀਆਂ ਦਵਾਈਆਂ ਜਿਹੜੀਆਂ ਨੇ ਜੇ ਉਹ ਜਿੱਥੇ ਉਹ ਕੰਮ ਨਹੀਂ ਕਰਦੀਆਂ ਤਾਂ ਉੱਥੇ ਜਿਹੜੇ ਦੂਜੇ ਰਸਾਇਣ ਨੇ ਜਿਵੇਂ ਲੀਡਰ, SF10, ਸਫਲ ਵਗੈਰਾ, ਇਹਨਾਂ ਦਾ ਪ੍ਰਯੋਗ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਅਤੇ ਇੱਕ ਕਿਸਾਨ ਵੀਰੋ ਜਿੱਥੇ ਲੀਡਰ, SF10, ਸਫਲ ਵਗੈਰਾ ਆਪਾਂ ਸਪਰੇਆਂ ਕਰਨੀਆਂ ਨੇ ਉੱਥੇ ਅਗਲੇ ਸਾਲ ਆਪਾਂ ਬਰਸੀਮ, ਰਾਇਆ, ਛੋਲੇ ਜਾਂ ਜਿਵੇਂ ਸਿਆਲੂ, ਮੱਕੀ ਵਗੈਰਾ ਉਸ ਦੀ ਬਿਜਾਈ ਕਰਨ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਝਾੜ ਕਾਫੀ ਘੱਟਦਾ ਅਤੇ ਫਸਲ ਪੂਰੀ ਵਧੀਆ ਨਹੀਂ ਤਿਆਰ ਹੁੰਦੀ। ਸੋ ਇਹ ਸੀ ਨਦੀਨ ਜਿਹੜੇ ਨੇ, ਗੁੱਲੀ ਡੰਡਾ, ਜੰਗਲੀ ਜਵੀ, ਜੌਂਦਰ ਆਦਿ ਦੀ ਰੋਕਥਾਮ ਬਾਰੇ ਕੁਛ ਦਵਾਈਆਂ। ਅਤੇ ਇਸ ਦਾ ਜਿਹੜਾ ਦੂਜਾ ਭਾਗ ਹੈ ਉਹ ਜਲਦੀ ਹੀ ਪੇਸ਼ ਕਰਾਂਗੇ, ਉਸ ਦੇ ਵਿੱਚ ਜਿਹੜੇ ਚੌੜੀ ਪੱਤੀ ਵਾਲੇ ਨਦੀਨ ਨੇ ਉਹਨਾਂ ਦੀ ਰੋਕਥਾਮ ਲਈ ਜਿਹੜੀਆਂ ਦਵਾਈਆਂ ਆਪਾਂ ਵਰਤਣੀਆਂ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕੋਨ ਨੂੰ ਦਬਾ ਦਿਓ ਤਾਂ ਕਿ ਹਰ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਸਕੇ। ਅਤੇ ਇਸ ਤੋਂ ਇਲਾਵਾ ਇੱਕ ਵੀਡੀਓ ਆਪਾਂ ਹੋਰ ਵੀ ਪੇਸ਼ ਕਰਾਂਗੇ ਜਿਹਦੇ
ਜਿਨ੍ਹਾਂ ਦੇ ਵਿੱਚ ਇੱਕ ਦੇਸੀ ਟੋਟਕੇ ਹੋਣਗੇ ਕਿਸਾਨ ਵੀਰਾਂ ਦੇ, ਉਹ ਜਿਹੜੇ ਨੇ ਰਿਕਮੈਂਡਡ ਨਹੀਂ ਪਰ ਕਿਸਾਨ ਵੀਰਾਂ ਦੇ ਵੱਖੋ ਵੱਖ ਤਜਰਬੇ ਨੇ, ਉਹ ਵੀ ਕਿਸੇ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ। ਥੈਂਕਸ ਫੋਰ ਵਾਚਿੰਗ।